वाहेगुरु जी का खालसा वाहेगुरु जी की फतेह। अस्सलाम वालेकुम आदाब बर्ज मैं तुहाडी होस्ट नीलम कौर तो मैं टीवी 84 दे सारे दर्शकों ते श्रोतियां नूं जीआं कहंदियां प्रोग्राम सचो सच विच जिहड़े इस प्रोग्राम नाल देशां विदेशां तों जुड़ चुके ने खालसा अफेयर सेंटर के संचालक डॉक्टर अमरजीत सिंह जी रोजाने की तरह स्टूडियो में मेरे नाल शामिल ने उन्होंने गलबात करके अज्ज दे अहम इशूज उपर उन्हां तों उन्हां दा तजिया जानदे आं। जी डॉक्टर साहब वाहेगुरु जी का खालसा वाहेगुरु जी की फतेह। हाँ जी नीलम कौर जी तुहानू भी ते दुनिया भर च बैठे साडे टीवी 84 दे बहुत ही प्यारे सोहणे सियाणे दर्शकां नू भी वाहेगुरु जी का खालसा वाहेगुरु जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया। जी डॉक्टर साहब आज 25 सितंबर 2020 1100 नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟ੍ਰਮ ਕੇਬਲ ਆਸਿਨ ਕੇਬਲ ਬੈਲਫਰ ਕਿਊਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਈ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 hours ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਜੋ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਾਂਗੇ ਦੁਆ ਕਰਾਂਗੇ ਅਰਦਾਸ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ ਖੁਸ਼ੀਆਂ ਭਰਿਆ ਗੁਜ਼ਰੇ ਪਰਚਾਵਾਂ ਭਰਿਆ ਗੁਜ਼ਰੇ। ਸੋ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ। ਉਹਨਾਂ ਨੇ ਬੜੀ ਹੀ ਦਲੇਰੀ ਨਾਲ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਭਾਰਤ ਵਿੱਚ ਮੁਸਲਮਾਨਾਂ ਦੀ ਕੀਤੀ ਜਾ ਰਹੀ ਜਿਹੜੀ ਦੁਰਦਸ਼ਾ ਅਫਗਾਨਿਸਤਾਨ ਦਾ ਮੁੱਦਾ ਫਲਸਤੀਨੀਆਂ ਦੀ ਆਜ਼ਾਦੀ ਦੀ ਗੱਲ ਕੀਤੀ ਇਹਨਾਂ ਸਾਰੇ ਮੁੱਦਿਆਂ ਨੂੰ ਬਾਖੂਬੀ ਨਾਲ ਉਠਾਇਆ। ਸੋ ਭਾਰਤ ਦਾ ਜੋ UN ਦੇ ਵਿੱਚ ਬੈਠਾ ਇੱਕ ਨੁਮਾਇੰਦਾ ਸੀ ਉਹ ਇਮਰਾਨ ਖਾਨ ਹੋਰਾਂ ਦੀ ਜਿਹੜੀ ਸਪੀਚ ਨੂੰ ਸੁਣ ਕੇ ਵਾਕਆਊਟ ਹੋਇਆ ਔਰ ਅਸੀਂ ਇਸ ਸੈਗਮੈਂਟ ਦੇ ਵਿੱਚ ਉਹਨਾਂ ਦੀ UN ਸਪੀਚ ਬਾਰੇ ਵੇਰਵੇ ਨਾਲ ਚੀਰ ਫਾਰ ਕਰਨ ਜਾ ਰਹੇ ਹਾਂ ਔਰ ਜਿਹੜੀ ਛੁਰੀ ਹੈ ਅਸੀਂ ਡਾਕਟਰ ਸਾਹਿਬ ਨੂੰ ਫੜਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਅੱਜ ਸਭ ਤੋਂ ਪਹਿਲਾਂ ਤਾਂ ਮੇਰੇ ਮਨ ਦੇ ਵਿੱਚ ਸਲੀਮ ਮਲਕ ਸਾਹਿਬ ਦੀ ਯਾਦ ਆਈ ਜੀ ਕਿਉਂਕਿ ਠੀਕ ਇੱਕ ਸਾਲ ਪਹਿਲਾਂ ਆਲਮੋਸਟ ਇਹੀ ਦਿਨ ਸੀ 25 ਜਾਂ 26 ਸਤੰਬਰ ਦਾ ਦਿਨ ਜਦੋਂ ਕਿ ਇਮਰਾਨ ਖਾਨ ਸਾਹਿਬ ਨੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ ਸੀ ਔਰ ਉਸ ਦਿਨ ਬਹੁਤ ਵੱਡਾ ਪ੍ਰੋਟੈਸਟ ਜਿਹਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਔਰ ਕਸ਼ਮੀਰੀਆਂ ਨੇ ਸ਼ਮੂਲੀਅਤ ਕੀਤੀ ਸੀ ਔਰ ਕਿਉਂਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਗਿਆ ਸੀ ਔਰ ਬੜਾ ਰੋਹ ਸੀ ਔਰ ਸ਼ੇਰ ਦੀ ਦਹਾੜ ਵਾਂਗ ਜਾਂ ਸ਼ੇਰ ਦੀ ਭਵਕਾਰ ਵਾਂਗ ਜਿਵੇਂ ਇਮਰਾਨ ਖਾਨ ਸਾਹਿਬ ਨੇ UN ਜਨਰਲ ਅਸੈਂਬਲੀ ਦੇ ਵਿੱਚ ਕਸ਼ਮੀਰੀਆਂ ਦੇ ਕੇਸ ਨੂੰ ਪ੍ਰੈਜ਼ੈਂਟ ਕੀਤਾ ਦੁਨੀਆ ਭਰ 'ਚ ਇਸਲਾਮੋਫੋਬੀਆ ਦੀ ਗੱਲ ਕੀਤੀ ਔਰ ਇੱਕ ਮੈਚਿਓਰ ਸਟੇਟਸਮੈਨ ਵਾਂਗ ਗੱਲ ਕਰਦਿਆਂ ਭਾਰਤ ਦੀ ਆਈਡੀਓਲੋਜੀ RSS ਦੀ ਆਈਡੀਓਲੋਜੀ ਨਾਜ਼ੀਆਂ ਦੇ ਨਾਲ ਇਹ ਕਿਵੇਂ ਉਸ 'ਚੋਂ ਹੀ ਨਿਕਲੀ ਹੋਈ ਹੈ ਇਸ ਨੂੰ ਉਹਨਾਂ ਨੇ ਬੜਾ ਵਧੀਆ ਆਰਟੀਕੂਲੇਟ ਕੀਤਾ ਸੀ ਔਰ ਅਸੀਂ ਬਾਹਰ ਪ੍ਰੋਟੈਸਟ 2-3 ਘੰਟੇ ਚੱਲਦਾ ਰਿਹਾ ਔਰ ਸਲੀਮ ਮਲਕ ਜਿਹੜੇ ਪਾਕਿਸਤਾਨੀ ਅਮੈਰੀਕਨ ਥਿੰਕ ਟੈਂਕ ਦੀ ਰੂਹੇ ਰਵਾਂ ਸਨ ਔਰ ਸਾਡੇ ਨਾਲ ਜਿਵੇਂ ਆਲਮੋਸਟ ਇੱਕ ਰੂਟੀਨ ਬਣ ਗਈ ਸੀ ਕਿ ਹਫ਼ਤੇ 'ਚ ਇੱਕ ਦਿਨ ਅਸੀਂ ਪੈਨਲ ਡਿਸਕਸ਼ਨ ਉਹਨਾਂ ਦੇ ਨਾਲ ਕਰਦੇ ਸੀ ਔਰ ਉਹ ਦਿਨ ਪੂਰੇ ਕਿਉਂਕਿ ਦੁਨੀਆ ਭਰ ਦੇ ਵਿੱਚ ਸਰਗਰਮੀ ਵੀ ਸੀ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਔਰ ਮੈਂ ਮਲਕ ਸਾਹਿਬ ਨੂੰ ਕਿਹਾ ਕਿ ਜੀ ਇਹ ਹੁਣ ਜਿਹੜੀ ਸਪੀਚ ਹੈ ਹਾਲਾਂ ਵੀਕਐਂਡ ਸੀ ਉਦੋਂ ਵੀ ਕਿ ਵੀ ਅਸੀਂ ਜੇ ਅੱਜ ਹੀ ਜਾ ਕੇ ਇਸ ਦੇ ਉੱਤੇ ਇੱਕ ਪੈਨਲ ਡਿਸਕਸ਼ਨ ਕਰੀਏ ਔਰ ਇਸ ਨੂੰ ਐਨਾਲਾਈਜ਼ ਕਰੀਏ ਤਾਂ ਬਿਹਤਰ ਹੋਏਗਾ ਕਿਉਂਕਿ ਉਹ ਖੁਦ ਮੀਡੀਆ ਨਾਲ ਲੰਬਾ ਵਕਤ ਤੋਂ ਜੁੜੇ ਹੋਏ ਸੀ ਔਰ ਉਹ ਸਮਝਦੇ ਸੀ ਕਿ ਟਾਈਮਿੰਗ ਕਿੰਨੀ ਇੰਪੋਰਟੈਂਟ ਹੁੰਦੀ ਹੈ ਜਿਹੜੀ ਵੀ ਕਿਸੇ ਇਵੈਂਟ ਨੂੰ ਲੈ ਕੇ ਮੀਡੀਆ ਦੇ ਐਂਗਲ ਤੋਂ ਉਹਨਾਂ ਨੇ ਜਿਵੇਂ ਉਹਨਾਂ ਦਾ ਸੀ ਕਿ ਮੈਂ ਹਾਜ਼ਰ ਹੋ ਜਾਵਾਂਗਾ ਅਸੀਂ ਉੱਥੋਂ ਨਿਕਲ ਕੇ ਜਿਉਂ ਹੀ ਪਹੁੰਚੇ ਉਹ ਵੀ ਆ ਗਏ ਔਰ ਅਸੀਂ ਇੱਕ 1.5 ਘੰਟੇ ਦੀ ਪੈਨਲ ਡਿਸਕਸ਼ਨ ਕੀਤੀ ਜਿਹੜੀ ਇੱਕਦਮ ਵਾਇਰਲ ਹੋਈ ਕਿਉਂਕਿ ਬਹੁਤ ਸਾਰੇ ਆਸਪੈਕਟ ਹੁੰਦੇ ਨੇ ਔਰ ਫਿਰ
एक बार जिहड़ी गल प्रभावशाली तरीके नाल सरदार अंदाज हो जाए बाकियां ने उस चों ही क्लू लैने हुंदे ने। और अज जदों के इमरान खान साहब ने वीडियो कॉन्फ्रेंसिंग राही अपना जिहड़ा रिकॉर्डेड मैसेज सी ओह वड्डियां यूएन दियां स्क्रीनस ते प्ले होया और मैं उस दी गल करन तों पहला क्योंकि मैं जिवें कहा भी इस गल नूं एक साल हो गया और मलिक साहब कुछ देर बाद ही कुछ हफ्तियां बाद शायद अक्तूबर दे विच तक पहुँचते हैं वो इस उन्हां नूं हार्ट अटैक होया फानी संसार तों चले गए और असी अज दा ये प्रोग्राम सलीम मलिक साहब दी याद नूं समर्पित करदे और मैं कह तो नहीं सकिया पहला टैक्नीकल टीम नूं जे क्विकली उन्हां दियां कोई पिक्चर्स भी वो दिखा सकन ते बेहतर होएगा अदरवाइज असी इस दिन नूं उन्हां दी याद नूं समर्पित कर रहे हैं। मैं समझदा हां भी इमरान खान साहब जदों लास्ट ईयर भी उन्होंने 2019 दे विच एड्रेस कीता उदों अजे उन्होंने ताज़ा ताज़ा ही सहुं चुकी सी कुछ महीने ही होए सी उन्होंने और उस तो बाद एक वड्डी घटना जिहड़ी सिखां दे मामले च वड्डी प्राप्ति सी जिवें उन्होंने 9 नवंबर 2019 नूं करतारपुर साहब कोरीडोर का उद्घाटन किया जिहड़ी बहुत वड्डी प्राप्ति उन्होंने सिख इतिहास दे विच भी और साउथ एशिया दे इतिहास भी लिखी गई। लेकिन उन्होंने जिवें लास्ट ईयर एड्रेस किया सी उदों भी उन्हां दा प्रभाव इस सारे पीरियड च लगभग 1.5 साल दे वक्त च विद इन द कंट्री वो किन्नी क सिचुएशन नूं किवें हैंडल कर पाए ने जिहड़ियां प्रॉब्लम्स ने उन्हां च उन्हां दी किन्नी क पकड़ है ये पाकिस्तान दे लोकां ने डिसाइड करना है। पर मैं एक आउटसाइडर होण दे नाते पर पाकिस्तान दा दोस्त होण दे नाते पाकिस्तानी भैणां भरावां नाल एक मुहब्बत दे नाते जे मैं इस सारे नूं देखां तां मैं समझदा हां भी इंटरनेशनल प्लेटफॉर्म दे उत्ते इंटरनेशनल मंच ते जिवें इमरान खान बाखूबी समझदे ने दुनिया दी की इंटरनेशनल नुआंसिज ने किस नीति दियां की ने और उन्हां च कोई गोरे बंदे दा जां वैस्टर्न सिस्टम दा कोई इनफेरियोरिटी कॉम्पलैक्स नहीं है कोई एहसासे कमतरी नहीं है अखां च अखां पा के गल करन दी लाइन है और क्योंकि खुद बेशक उन्हां दियां नीतियां जां उन्हां दा एडमिनिस्ट्रेशन की है मैं इहदे ते कोई कमेंट नहीं करना चाहुंदा पर सो फॉर हकीकतन वो एक ईमानदार ने और साउथ एशिया दे कॉन्टेक्स्ट खास तौर ते और हुण तां ग्लोबली भी असीं देखदे हां जिथे करप्शन किस हद तक सीप कीती है पोलिटिकल सिस्टम वो एक क्योंकि अखां च अखां पा के दलेरी नाल गल उही कर सकदा है जिहड़ा ईमानदार है जिहड़ा मूंह खांदा है अखां शर्मांदियां तुहाडी उह बणदी नहीं है गल। ये बेशक फर्क इन्ना है कि लास्ट ईयर जदों उन्होंने एड्रेस किया वह फेस टू फेस सन यूएन जनरल असैम्बली दे और इस बार वो रिकॉर्डेड मैसेज सी और जाहिर है कि टैलीप्रिंटर जिन्हां दे सामने स्पीच आंदी है उहदे ते आ रही सी पर डिलीवरी बड़ी जबरदस्त थी। वैसे भी ऑक्सफोर्ड एजुकेटेड ने अंग्रेजी दे उत्ते उन्हां दा अमूर है पर जिवें ये सारी स्पीच ड्राफ्ट की गई जिवें एक दे नाल दूसरा टॉपिक फिट हुंदा सी और जिस अंदाज च उन्होंने डिलीवर किया और जिहड़े जिहड़े इशूज़ क्योंकि मेरे सामने उन्हां दी पिछले साल दी स्पीच भी है उही इशूज़ कुछ तो दोबारा हुंदे ने वो क्लाइमेटिक चेंज होए जां दुनिया दे विच मनी लॉन्ड्रिंग जिहड़े करके बाहर आंदे ने उन्हां दा मुद्दा होए अफगानिस्तान दा इशू होए लेकिन इस दे विच एक नवीनता सी नवांपन सी और बेबाकी सी लेकिन उस दे विच एक संजम भी सी एक जिहड़ा यूएन दे नूं जदों एड्रेस कर रहे ने जिवें उन्होंने इस सारे जिहड़ा ओवरऑल ग्लोबल चैलेंजेस नूं भी समझिया उहदे नाल नाल साउथ एशियन कॉन्टेक्स्ट भी और इहदे च कोई शक नहीं है कि जिवें एक बॉक्सिंग दे चंगे प्लेयर जिहड़ा है वह रिंग दे विच करदे 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 फिर एक स्टेज ते जदों फाइनल पंचिज दिंदा है ते उहदे लई जिहड़ी तैयारी है फाइनल पंचिज लई तां जाहिर है इंडिया ही डिजर्व करदा सी और इमरान खान साहब ने जिहड़े क्रिकेट दे एक मार रहे ने उन्हां ने इस रिंग दे विच वी जिवें और प्रिंसिपल बेस्ड गल करदे आ कोई एग्जैजरेशन नहीं सी कोई रैटरिक नहीं सी एक हुंदा है भी तुसीं एलोक्वेंस दे विच तुहाडी रैटरिक हुंदा है फैक्ट बेस्ड सी
और पूरे दायराकार ने फिर जिमें रिंग दे विच इंडिया नू कुटिया और जिमें उसका जरा बदनुमा चेहरा अगली फेस है जरा बेनकाब किया ये अपने आप दे विच जरा एक जबरदस्त उन्हों का अंदाजे बयान सी और असी क्योंकि मैं समझदा भी बेशक उन्हों की सारी स्पीच चो कुछ ना कुछ हिस्से लैके हर एक ने आपो अपनी उद्दे जी है वो कामेंटरी की है पर मैं लगता है भी ये एक इन्नी क इंपॉर्टेंट स्टैंड उसी बेशक प्रेजिडेंट ट्रंप ने एड्रैस किया मिस्टर एंटोनियो गुटरेस जेडे यूएन सैकटरी जनरल ने उन्होंने एड्रैस किया बट वी वर वेटिंग कि भी इमरान खान साहब ने की कहना है और हूँ जो असी गल कर रहे हैं अगले कल जोड़ा वो मोदी जोड़ा वो एड्रैस कर रहे हैं और इस स्पीच ने जी इमरान खान साहब की प्रेजेंटेशन सी इनिया क मिर्चा लाइया इंडियन डेलीगेशन और इंडिया का परमानेंट रिप्रजेंटेटिव यूएन दे विच मिस्टर टी एस त्रिमूर्ति है और एक मिजितो विंटो ये इंडियन फॉरन सर्विस 2010 बैच का डेलीगेट है कि ज्यों ही इमरान खान साहब की जी है पिक्चर स्क्रीन के उत्ते आई और एड्रैस आंदे आंदे कश्मीर तक और अपने पेपर पूपर चुक के वॉकआउट कर गए और उस दे नाल ही उन्होंने एक हुंदा है जिन्हों कहंदे ने राइट टू रिप्लाई कि जदों जे कोई कह के हटिया क्योंकि उस तो बाद जिहदे बारे कहा गया उन्हों रिस्पोंड कर सकदा और इन्नियां मिर्चां उन्होंने कहा जी असी राइट टू रिप्लाई करांगे पर ईवन क्योंकि ऑलरेडी जदों एड्रैस होया रात हो चुकी कल असी देखांगे राइट टू रिप्लाई की हुंदा है और मोदी का कल का जिहड़ा वो है प्रेजेंटेशन जाहिर है उस पूरा जहर होएगा पर मैं समझदा कि भी इमरान खान साहब ने जी फैक्ट बेस्ड गल की है वो ऑलरेडी जी उन्हें अपनी थान बना ली है हालांकि जी है उन्हें जरा उन्होंने परमानेंट रिप्रजेंटेटिव है उन्हें ट्वीट किया है कि जी असी राइट टू रिप्लाई भी यूज करांगे और ये जरा पाकिस्तान के प्राइम मिनिस्टर की स्टेटमेंट है दैट वॉज ए न्यू डिप्लोमैटिक लो कि जी ये बहुत डिप्लोमेसी के लिहाज नाल बड़ा जड़ा वो घटिया सी और ये विशियस फालसहुड परसनल अटैक्स वार मोंगरिंग ऑब्फस्केटिंग ऑफ पाकिस्तान परसीक्यूशन ऑफ इट्स ओन माइनॉरिटीज़ ये तुसी चार पांच एडजेक्टिव देखो तो फिर इस गल की समझ आ जाती है कि तीर किवें टिकाने लगे तो वैसे मोदी जदों कल आएगा तो मोदी के स्वागत लई असी भी सिख और कश्मीरी यूनाइटेड नेशंस जनरल असेंबली दे बाहर क्योंकि है उदा भी वीडियो मैसेज उत्थों होना है लेकिन 10 बजे तो 2 बजे तक 47th स्ट्रीट एंड फर्स्ट एवेन्यू दे उत्ते ईस्ट कॉस्ट सिख कोऑर्डिनेशन कमेटी वालों सारे गुरुद्वारा कमेटियां दे सहयोग दे नाल प्रोटेस्ट रख्या होया नंबर तो लिमिटेड ही होएगा क्योंकि तुहानू डिस्टेंस भी रखना पैंदा और जिवें साडे कश्मीरी भैण भरा और पाकिस्तानी भैण भरावां वालों भी जड़ा प्रोटेस्ट रख्या होया उत्थे जा के असी देखांगे कि जॉइन कर पाईए जां किवें है उन्होंने अपने तौर पर परमिट लिया लेकिन एक मैसेज भी होएगा और असी क्योंकि कल साडा TV84 की टीम भी उन्हें कवर करेगी लाइव और प्रोग्राम तो साडा मंडे ही होएगा फिर मंडे मोदी की खबर लवेंगे सो लेकिन असी एक अपने ईस्ट कोस्ट वाले जड़े भी भैन भरा पहुँच सकते ने वो जरूर कल दे प्रोटेस्ट दे विच शमूलियत करन और इस गल का ध्यान रहे भी इस वार दी प्रेजेंटेशन अपने आप च एक इंपॉर्टेंस भी रखदी हैं क्योंकि 75th यूएन जनरल असेंबली है क्योंकि वैसे तो नंबर नाल फर्क नहीं पैंदा पर वेस्ट दे विच 25, 50, 75, 100 ये लफ्जां दे नाल कई कुछ जुड़िया हुंदा है और मैं उन्हां दी जिहड़ी स्पीच यूनाइटेड नेशनस दे वैबसाइट ते और पाकिस्तान एम्बैसी दे है उस नूं इन ओरिजिनल कढ़िया और मैं चाहवांगा कि भी इहदे नाल जस्टिस होएगा कि असी उहदे सारे आस्पैक्ट ही डिस्कस करिए सो उन्हां ने बड़ी हंबली जिहड़ा है पहला जिहड़े यूएन जनरल असेंबली दा प्रेजिडेंट जिहड़ा उहनूं प्रिजाइड कर रहा है मिस्टर वॉल्कन बॉजकेर उन्हां दी इलैक्शन दे उत्ते उन्हूं मुबारकबाद दित्ती और जिहड़े आउटगोइंग प्रेजिडेंट सी मिस्टर तिजानी मुहम्मद बांडे उन्हां दीआं सेवावां दी शलाघा कीती कि COVID-19 दे दौरान जिवें उन्हां ने ग्लोबल लीडरशिप दित्ती है फिर उन्हां ने सैकटरी जनरल अंडर जिहड़े यूएन दे सैकटरी जनरल ने मिस्टर एंटोनियो गुटरेस
उन्हां दी जिहड़ी है सेवावां दी वी जिहड़ी है शलाघा कीती कि उन्होंने बड़े औखे पीरियड दे विच जिहड़ा है वह दुनिया नूं अगवाई दित्ती है। सो उन्हां दी और उन्होंने बड़ी रिस्पैक्टफुली जिहड़ी सारी स्पीच मिस्टर प्रेजिडेंट, क्योंकि जदों तुसीं एक हाउस नूं एड्रेस कर रहे हो, कुछ डेलीगेट बैठे हुए ने जिहड़े लोकल ने जां जिहड़े कोई आ सके होणगे, मोस्टली जिहड़े ने आपो अपने मुल्कां दे विच बैठे उन्हूं देख रहे होंदे ने और वीडियो ही रिकॉर्डिंग है सारयां दी मोस्टली, और उहदे च उन्होंने शुरुआत ही इत्थों कीती कि भी असीं जदों तो मैं अपने अहुदे नूं संभालिया असीं एक नया पाकिस्तान, न्यू पाकिस्तान जिहड़ा रियासते मदीना, क्योंकि जदों इस्लाम दे हवाले नाल ही नहीं एक पहली इस्लामिक स्टेट जिहदे च जस्टिस सी, जिहदे च माइनॉरिटीज़ दे की हकूक ने सारा सी। सो हमेशा उन्होंने जदों प्राइम मिनिस्टर इमरान खान और ने अपनी इनॉगरेशन स्पीच भी ओथ टेकिंग तो बाद कही सी, तो उहदे च भी उन्होंने अपना ड्रीम यही दिता सी कि भी असी अल्टीमेटली रियासते मदीना वांग पाकिस्तान नूं बनाना चाहते। इस दे नाल उन्होंने जिहड़ी अपनी शुरुआत की, और फिर उन्होंने ओवरऑल क्योंकि यू एन एड्रैस कर रहे हैं 75 साल उदी एनीवर्सरी है, और उन्होंने इंपॉर्टेंस की है यू एन की इस दे उत्ते गल की कि भी ये जिहड़ी है साडा एक माइल स्टोन सी जिहड़ी कि जिहदे नाल पीस एंड स्टेबिलिटी असी नेबरहुड कर सकीए, ये इहदा मिशन सी और ये इहदी रिफलैक्शन भी सी। और हुण असी जदों के नवे वर्ल्ड ऑर्डर की गल कर रहे हैं तो फिर अनफॉर्चुनेटली कि अज जिहड़ी थ्रैट है साडे संसार नूं वो यूनिलेटरलिज्म दी है कि हर कोई कलो कला जिहड़ा है, और उहदे थले बजाए कि यूएन दे थले गल हुंदी, क्योंकि उन्होंने बेशक इंडिया जां कश्मीर की गल बाद च कीती पर ओपनिंग दे विच ही उन्होंने जदों यूएन नूं जिहड़ी है थ्रैट की गल कीती तां उन्होंने इह कहा कि इस दे थले अज जिहड़ी यूनिलैटरल फोर्सिज ने सैल्फ डिटरमीनेशन ऑफ पीपल्स, द सॉवरन इक्वालिटी एंड टेरिटोरियल इंटैग्रिटी ऑफ स्टेट्स, नॉन इंटरफेरेंस इन देयर इंटरनल अफेयर्स, इंटरनेशनल कोऑपरेशन, ऑल दीज आइडियल्स आर बीइंग सिस्टमैटिकली एरोडेड। सो उहदे थले उन्होंने 75 साल की यूएन की कारगुजारी का भी सिनॉपसिस दिता है कि फाउंडेशन ये सी पर अज लोगों के जिहड़ा राइट ऑफ सैल्फ डिटरमीनेशन, खुद अपनी चोण करन दा हक तो लैके जिहड़े मुद्दे उन्होंने सॉवरनिटी बराबरी ये सारे उन्होंने कहा भी एरोड हो रहे हैं, और इंटरनेशनल एग्रीमेंट्स क्योंकि इहदे ट्रंप ने भी सारे एरोड किए हैं कि भी ये सैट असाइड किए जा रहे हैं, और नवीं पावर्स उभर रही हैं और इहदे नाल न्यू आर्म्ड रेस दुनिया च हथियारों की एक नवी दौड़ शुरू हो रही है, और जिहड़े झगड़े ने वो प्रोलीफरेट हो रहे हैं, वध रहे हैं और तेज़ हो रहे हैं, इंटेंसीफाई हो रहे हैं। फिर उन्होंने इलीगल जिहड़ी है अनैक्सेशंस की गल की, और ये क्योंकि इमरान खान खुद भी पढ़न का शौक रखते हैं, और जिन्होंने भी ये ड्राफ्ट की जेडे मैं समझदा भी ये एक पूरी डिस्कशन बहुत वैल ड्राफ्टड स्पीच सी, उन्होंने अज के कॉन्टेक्स्ट एक बड़े जड़े ने नामवर फिलोसफर ने नॉम जड़े ने उन्हों का चॉम्स्की, उन्हों का प्रोनसीएशन हमेशा औखा होता, नॉम चॉम्स्की उन्होंने कोट किया कि भी अज जिहड़ा हाल है साडे इंसानियत का, कि उन्हों का कहना है नॉम चॉम्स्की का कि मैनकाइंड इज़ एट ईवन ए ग्रेटर रिस्क दैन इट वॉज बिफोर फर्स्ट एंड सैकेंड वर्ल्ड वॉर्स इन द लास्ट सेंचुरी बिकॉज ऑफ द इनक्रीज्ड थ्रैट ऑफ न्यूक्लियर वॉर, क्लाइमेट चेंज एंड सैडली द राइज ऑफ अथॉरिटेरियन रिजीम्स, वी मस्ट कम टूगैदर टू प्रिवेंट सच ए कैटास्ट्रॉफी। सो जड़ी गल उन्होंने खुद कहनी चाहिए, उन्होंने नॉम चॉम्स्की के हवाले के नाल गल की, अज जिहड़ा पिछली सेंचुरी दो वर्ल्ड वॉर्स हुई हैं फर्स्ट एंड सैकेंड, लेकिन अज की सिचुएशन जिहड़ी है इहदे नालों भी ज़्यादा खतरनाक है, न्यूक्लीयर वॉर होवर कर रही है सिर दे उत्ते, क्लाइमेट चेंज जिन्हां नुक्तियां नूं उन्होंने अगे फिर एलैबोरेट किया, और अथॉरिटेरियन रिजीम कि अज किवें डिक्टेटरशिप वाले जड़े सिस्टम ने वो अगे आ रहे हैं, और इस सारे तो बाद फिर उन्होंने COVID-19 के हवाले के नाल उन्होंने कहा कि भी एक पासे ये चीज़ा आ रही ने, हालांकि COVID-19 ने यह भी दसिया कि किवें वननेस ऑफ ह्यूमैनिटी है, क्योंकि जो भी वापरिया
ਇਹ ਅਸੀਂ ਕਿਵੇਂ ਇੰਟਰਕਨੈਕਟਡ ਹਾਂ ਇੱਕ ਦੂਜੇ ਦੇ ਨਾਲ ਐਂਡ ਨੋ ਵਨ ਇਜ਼ ਸੇਫ ਅਨਲੈਸ ਐਵਰੀ ਵਨ ਇਜ਼ ਸੇਫ ਕਿ ਜੇ ਹਰ ਕੋਈ ਨਹੀਂ ਸੁਰੱਖਿਅਤ ਤਾਂ ਕੋਈ ਵੀ ਸੁਰੱਖਿਅਤ ਨਹੀਂ ਹੈ ਔਰ ਇਸ ਦੇ ਨਾਲ ਉਹਨਾਂ ਨੇ ਕੰਪੇਅਰ ਕੀਤਾ ਕਿ ਵੀ ਅੱਜ ਜਿਹੜੀ ਹਾਲਤ ਬਣ ਗਈ ਹੈ ਇਸ ਕੋਵਿਡ-19 ਤੋਂ ਬਾਅਦ ਇਹ ਇਵੇਂ ਹੀ ਹੈ ਜਿਵੇਂ ਲਾਸਟ ਸੈਂਚਰੀ 'ਚ ਗ੍ਰੇਟ ਡਿਪਰੈਸ਼ਨ ਸੀ ਇਕਨੋਮੀ ਦੇ ਹਵਾਲੇ ਨਾਲ ਜੋ ਉਦੋਂ ਹਾਲ ਸੀ ਉਦੋਂ ਔਰ ਵਰਸਟ ਰਾਦਰ ਗ੍ਰੇਟ ਡਿਪਰੈਸ਼ਨ ਨਾਲੋਂ ਵੀ ਇਹ ਹੋਈ ਹੈ ਸੋ ਹੁਣ ਉਹਦੇ 'ਚ ਉਹਨਾਂ ਨੇ ਫਿਰ ਜਿਹੜਾ ਬਿਲਕੁਲ ਰਾਈਟਲੀ ਸੋ ਕ੍ਰੈਡਿਟ ਲੈਣਾ ਬਣਦਾ ਉਹਨਾਂ ਨੇ ਕਿਹਾ ਵੀ ਇਸ ਚੈਲੇਂਜ ਨੂੰ ਕਿਵੇਂ ਪਾਕਿਸਤਾਨ ਨੇ ਡੀਲ ਕੀਤਾ ਕਿਵੇਂ ਅਸੀਂ ਸਮਾਰਟ ਲੋਕਡਾਊਨ ਕੀਤਾ ਕਿਉਂਕਿ ਜੇ ਅਸੀਂ ਖੁਦ ਇੱਕ ਤਰਫਾ ਲੋਕਡਾਊਨ ਕਰਦੇ ਤੇ ਜੇ ਲੋਕ ਕੋਵਿਡ-19 ਨਾਲ ਨਾ ਮਰਦੇ ਉਹ ਭੁੱਖ ਨਾਲ ਮਰਦੇ ਉਹਨਾਂ ਨੇ ਕਿਹਾ ਔਰ ਇਹ ਰੱਬ ਨੂੰ ਕ੍ਰੈਡਿਟ ਦਿੱਤਾ ਕਿ ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਪਾਕਿਸਤਾਨ ਨੇ ਇਹਨੂੰ ਠੀਕ ਹੈਂਡਲ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਕੱਲਾ ਇਹੀ ਨਹੀਂ ਕਿ ਸਮਾਰਟ ਲੋਕਡਾਊਨ ਸੀ ਅਸੀਂ $8 billion ਜਿਹੜੇ ਨੇ ਲੋਕਾਂ ਦੇ ਘਰੋ ਘਰੀ ਪਹੁੰਚਾਏ ਕੈਸ਼ ਔਰ ਅਹਿਸਾਸ ਪ੍ਰੋਗਰਾਮ ਦੇ ਥੱਲੇ ਔਰ ਉਹਨਾਂ ਨੇ ਬੜਾ ਖੂਬਸੂਰਤ ਅਹਿਸਾਸ ਦਾ ਅੰਗਰੇਜ਼ੀ ਟ੍ਰਾਂਸਲੇਸ਼ਨ ਕੰਪੈਸ਼ਨ ਉਹਨੇ ਕਿਹਾ ਕਿ ਵੀ ਅਸੀਂ ਉਹ ਲੋਕਾਂ ਤੱਕ ਪਹੁੰਚਾਇਆ ਔਰ ਇਹ ਜਿਹੜਾ ਐਲਮਾਈਟੀ ਅੱਲਾਸ ਗ੍ਰੇਸ ਵੀ ਹੈਵ ਨੋਟ ਓਨਲੀ ਮੈਨੇਜ ਟੂ ਕੰਟਰੋਲ ਦਾ ਵਾਇਰਸ ਸਟੈਬਿਲਾਈਜ਼ ਅਵਰ ਇਕੋਨਮੀ ਬਟ ਮੋਸਟ ਇੰਪੋਰਟੈਂਟਲੀ ਵੀ ਹੈਵ ਬੀਨ ਏਬਲ ਟੂ ਪ੍ਰੋਟੈਕਟ ਦਾ ਪੂਅਰੈਸਟ ਸੈਗਮੈਂਟਸ ਆਫ ਦਾ ਸੁਸਾਇਟੀ ਫਰੋਮ ਦਾ ਵਰਸਟ ਫਾਲ ਆਊਟ ਆਫ ਦਾ ਲੋਕਡਾਊਨ ਔਰ ਉਹਨਾਂ ਨੇ ਕਿਹਾ ਜਿਵੇਂ ਪਾਕਿਸਤਾਨ ਨੇ ਕੀਤਾ ਇਹ ਪਾਕਿਸਤਾਨ ਦੀ ਸਕਸੈਸ ਸਟੋਰੀ ਜਿਹੜੀ ਹੈ ਬਾਕੀਆਂ ਦੇ ਲਈ ਵੀ ਜਿਹੜਾ ਉਹ ਇੱਕ ਰਾਹ ਦਸੇਰਾ ਬਣੀ ਫਿਰ ਉਹਨਾਂ ਨੇ ਹੁਣ ਕਿਉਂਕਿ ਇੰਟਰਨੈਸ਼ਨਲ ਪਾਵਰਸ ਨੂੰ ਐਡਰੈਸ ਕਰ ਰਹੇ ਨੇ ਉਹਨਾਂ ਨੇ ਕਿਹਾ ਜੀ ਤੁਸੀਂ ਬਹੁਤ ਚੰਗਾ ਕੀਤਾ ਕਿ ਜਿਵੇਂ G20 ਵਾਲਿਆਂ ਨੇ ਡੈਟ ਸਸਪੈਂਸ਼ਨ ਕਰ ਦਿੱਤੀ ਡਿਊਰਿੰਗ ਦਾ ਕੋਵਿਡ-19 ਔਰ ਇਸੇ ਤਰ੍ਹਾਂ ਜਿਹੜੇ ਦੂਸਰੇ IMF ਵਰਲਡ ਬੈਂਕ ਔਰ ਉਹਨਾਂ ਨੇ ਖਾਸ ਤੌਰ 'ਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਜਿਹੜਾ ਚਾਈਨਾ ਦਾ ਉਹਦਾ ਵੀ ਮੈਂਸ਼ਨ ਕੀਤਾ ਔਰ UN ਏਜੰਸੀਜ਼ ਨੇ ਤੁਸੀਂ ਬਹੁਤ ਮਦਦ ਕੀਤੀ ਪਰ ਇਹ ਜਿਹੜੀ ਡੈਟ ਰਿਲੀਫ ਹੈ ਇਹ ਗਲੋਬਲ ਇਨੀਸ਼ੀਏਟਿਵ ਅੱਗੋਂ ਹੋਣਾ ਚਾਹੀਦਾ ਇਹਨੂੰ ਫਰਦਰ ਹੋਰ ਅੱਗੇ ਪਾਓ ਔਰ ਜਿਹੜਾ ਹੈ ਇਹ ਅਫੀਸ਼ਲ ਡੈਟ ਸਸਪੈਂਸ਼ਨ ਵਿਲ ਨੀਡ ਟੂ ਬੀ ਐਕਸਟੈਂਡਡ ਐਂਡ ਐਕਸਪੈਂਡਡ ਕਿ ਬਈ ਇਹ ਤੁਸੀਂ ਚੰਗਾ ਕੀਤਾ ਇਹ ਕੀਤਾ ਪਰ ਇਹਨੂੰ ਤੁਸੀਂ ਅੱਗੋਂ ਹੋਰ ਕਰੋ ਔਰ ਫਿਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਆਏ ਕਿ ਕਿਵੇਂ ਜਿਹੜਾ ਮਨੀ ਲੈ ਕੇ ਲੋਕ ਕਿਉਂਕਿ ਦੇਖੋ ਦੋ ਚੀਜ਼ਾਂ ਨੇ ਇਮਰਾਨ ਖਾਨ ਜਦੋਂ ਉਹਨਾਂ ਨੇ ਕੈਂਪੇਨ ਵੀ ਕੀਤਾ ਪਾਕਿਸਤਾਨ 'ਚ ਇੱਕ ਉਹਨਾਂ ਦਾ ਸੀ ਕਿ ਜੀ ਜਿਹੜੇ ਇੱਥੋਂ ਲੈ ਕੇ ਦੌੜੇ ਨੇ ਜਿਹੜਾ ਮੁਲਕ ਦਾ ਪੈਸਾ ਬਾਹਰ ਗਿਆ ਹੈ ਮਨੀ ਲਾਉਂਡੇ ਉਹਨੂੰ ਵਾਪਸ ਲਿਆਉਣਾ ਔਰ ਜ਼ਾਹਰ ਹੈ ਉਹਦੇ 'ਚ ਕੋਈ ਬਹੁਤੇ ਕਾਮਯਾਬ ਨਹੀਂ ਹੋਏ ਉਹਨਾਂ ਦੀਆਂ ਹੋਰ ਵੀ ਕਿਉਂਕਿ ਕੋਰਟ ਸਿਸਟਮ ਹੈ ਫਿਰ ਇੰਟਰਨੈਸ਼ਨਲੀ ਜਿਹੜੇ ਬੈਠੇ ਨੇ ਹਾਲਾਂ ਤੁਸੀਂ ਇੱਕ ਪਾਸੇ ਦੇਖੋ ਚਲੋ ਇਮਰਾਨ ਖਾਨ ਤਾਂ ਜਨਰਲ ਅਸੈਂਬਲੀ 'ਚ ਵੀ ਕਹਿ ਰਹੇ ਨੇ ਉੱਥੇ ਵੀ ਕਹਿ ਰਹੇ ਨੇ ਉਹ ਜਿਹੜਾ ਮੋਦੀ ਝੂਠਾ ਦੁਨੀਆ ਦਾ ਆਪਕੇ ਖਾਤੋਂ ਮੈਂ 20 ਲੱਖ ਰੁਪਈਆ ਆ ਜਾਏਗਾ ਭਗਵਾਨ ਚਾਹੇਗਾ ਤੇ ਉਹ ਜਦੋਂ ਹੁਣ ਉਹਨੂੰ ਪੁੱਛਦੇ ਨੇ ਕਿ ਭਾਈ ਉਹ ਸਵਿਸ ਬੈਂਕਾਂ ਦੀ ਬਲੈਕ ਮਨੀ ਦੀ ਗੱਲ ਕਰਦਾ ਹੁਣ ਉਹ ਅਮਿਤ ਸ਼ਾਹ ਕਹਿੰਦਾ ਉਹ ਤਾਂ ਇੱਕ ਜੁਮਲਾ ਲੇਕਿਨ ਇਮਰਾਨ ਖਾਨ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਵੀ ਇਹ ਜਿਹੜੇ ਬਾਹਰ ਬੈਠੇ ਇੰਨੇ ਕੁੰਬਰਸਮ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਪ੍ਰੋਸੀਜਰ ਨੇ ਇਹਨਾਂ ਨੂੰ ਜਿਹੜਾ ਇਹਦੇ ਕਰਕੇ ਉਹਨਾਂ ਨੂੰ ਹੱਥ ਨਹੀਂ ਪੈ ਰਿਹਾ ਔਰ ਉਹਨਾਂ ਨੇ ਇਲੀਸਿਟ ਫਾਈਨੈਂਸ਼ੀਅਲ ਫਲੋ ਜਿਹੜਾ ਕਿ ਵੀ ਕਿਵੇਂ ਜਾ ਰਿਹਾ ਔਰ ਇਹ ਸਾਰੇ 'ਚੋਂ ਉਹਨਾਂ ਨੇ ਕਿਹਾ ਕਿ ਵੀ ਇਹਦੇ 'ਚੋਂ ਜਿਹੜੇ ਡਿਵੈਲਪਿੰਗ ਵਰਲਡ ਹੈ ਇਹ ਤਾਂ ਲੁੱਟਿਆ ਜਾ ਰਿਹਾ ਕਿਉਂਕਿ ਇਹ ਜਿਹੜੇ ਕਰਪਟ ਲੋਕ ਨੇ ਇਹ ਇਸ ਢੰਗ ਨਾਲ ਕਰ ਰਹੇ ਨੇ ਕਿ ਇਹ ਤੁਹਾਡੇ ਮੁਲਕ ਜਿਹੜੇ ਨੇ ਆਫਸ਼ੋਰ ਟੈਕਸ ਹੇਵਨ ਬਣੇ ਹੋਏ ਨੇ ਔਰ ਇਹਦੇ ਨਾਲ ਜਿਹੜਾ ਸਾਡੇ ਪਾਵਰਫੁਲ ਮਨੀ ਲਾਂਡਰਸ ਹੈਵ ਐਕਸੈਸ ਟੂ ਦਾ ਬੈਸਟ ਲਾਇਰਸ ਐਂਡ ਸੈਡਲੀ ਬਿਕੋਜ਼ ਦੇ ਆਰ ਦਾ ਬੈਨੀਫਿਸ਼ਰੀਜ਼ ਦੇਰ ਇਜ਼ ਅ ਲੈਕ ਆਫ ਪੋਲੀਟੀਕਲ ਵਿਲ ਇਨ ਦਾ ਰਿਚ ਕੰਟਰੀਜ਼ ਟੂ ਕਰਬ ਦਿਸ ਕ੍ਰਿਮੀਨਲ ਐਕਟੀਵਿਟੀ ਕਿ ਵੀ ਤੁਹਾਡੇ ਮੁਲਕ ਜਿਹੜੇ ਨੇ ਉਹਨਾਂ ਦੀ ਵਿਲ ਹੀ ਨਹੀਂ ਹੈ ਕਿ ਤੁਸੀਂ ਇਹਨਾਂ ਨੇ ਜਿਹੜਾ ਇਸ ਦੇ ਉੱਤੇ ਕਰਨਾ ਸੋ ਇਹ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਗੱਲ ਤਾਂ ਹਿਊਮਨ ਰਾਈਟਸ ਔਰ ਜਸਟਿਸ ਔਰ ਦੂਸਰੇ ਦੀ ਕਰਦੇ ਹੋ ਪਰ ਜੇ ਮਨੀ ਲਾਂਡਰਿੰਗ ਔਰ ਇਸ ਦੇ ਉੱਤੇ ਤੁਹਾਡਾ ਨਹੀਂ ਹੈ ਤਾਂ ਫਿਰ ਤੁਸੀਂ ਕਿਹੜੇ ਹਿਊਮਨ ਰਾਈਟਸ ਔਰ ਜਿਹੜੀ ਲੂਟਿਡ ਵੈਲਥ ਹੈ ਔਰ ਇਹ ਸਾਰਿਆਂ ਨੂੰ ਤੁਸੀਂ ਪ੍ਰੋਟੈਕਟ ਕਰਦੇ ਹੋ ਪਰਸਨ ਨੂੰ ਸੋ ਇਹ ਉਹਨਾਂ ਦਾ ਏਜੰਡਾ ਕਿਉਂਕਿ ਡੋਮੈਸਟਿਕ ਵੀ ਹੈ ਬਟ ਇੰਟਰਨੈਸ਼ਨਲੀ ਵੀ ਇਹ ਇਕੱਲਾ ਇਹ ਨਹੀਂ ਹੈ ਉੱਥੇ ਪੈਨਾਮਾ ਲੀਕ ਕੇਸ ਚਲੋ ਪਾਕਿਸਤਾਨ 'ਚ ਤਾਂ ਕਾਰਵਾਈ ਹੋਈ ਇੰਡੀਆ 'ਚ ਅਮਿਤਾਭ ਬੱਚਨ ਤੋਂ ਲੈ ਕੇ ਸਾਰੇ BJP ਦੇ ਉਹਦੇ 'ਚ ਇਨਵੋਲਵ ਸੁਪਰੀਮ ਕੋਰਟ ਵੀ ਫਾਈਲ ਦੇ ਉੱਤੇ ਬੈਠ ਗਿਆ ਔਰ ਇਹ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਨਾਲ ਕੋਈ ਨਾ ਕੋਈ ਮਨੀ ਐਂਟਾਈ ਮਨੀ ਲਾਂਡਰਿੰਗ ਐਂਟਾਈ ਟੈਰਰਿਸਟ ਫਾਈਨੈਂਸਿੰਗ ਰਜੀਮ ਦੇ ਉੱਤੇ ਕੋਈ ਗਲੋਬਲ ਫਰੇਮਵਰਕ ਹੋਣਾ ਚਾਹੀਦਾ ਔਰ ਅਦਰਵਾਈਜ਼ ਜਿਹੜਾ ਇਹ ਲੁੱਟ ਹੁੰਦੀ ਰਹੇਗੀ
और ये सब तो जो वर्स्ट सफरर ने ये डिवेलपिंग कंट्रीज ने। फिर जिमें उन्होंने पिछले साल की स्पीच क्लाइमेट चेंज और उन्होंने जिस ऐतकी भी आर्टिकुलेट किया उन्होंने कहा भी ये एक वड्डा चैलेंज है। पैरिस एग्रीमेंट जिहड़ा एक माइलस्टोन सी उहदे तो भी देश दौड़े ने और उन्होंने कहा भी अज नतीजा ये है इस क्लाइमेट चेंज का कि फायरस होन फ्लडिंग होए रिकॉर्ड टैंपरेचर होए और इस सारा ये इसलिए ही है क्योंकि क्लाइमेट चेंज हो रही है और उहदे लई उन्होंने कहा जी असी पाकिस्तान साडी कार्बन एमिशन बहुत घट है पर इहदे नाल नाल असी जिहड़ा एक यतन कीता है कि असी एक बिलियन तो ज़्यादा ये मैनशन नहीं किया उन्होंने भी पिछले साल उन्होंने कहा भी असी आने वाले तीन साल दस बिलियन तो ज़्यादा जड़े है वो रुख लावांगे चीज प्लांट करांगे ताकि एनवायरमेंट और क्लाइमेट की जड़ी है वो इंप्रूवमेंट होंगी। फिर उन्होंने जिमें लास्ट अपनी स्पीच के जड़ा इस आर्टिकुलेट किया और उन्होंने इस्लामोफोबिया कि किस अंदाज दे विच मुसलमाना दे खिलाफ एक सिस्टमैटिक ढंग दे नाल कैंपेन हुंदा है और उन्होंने कहा कि बेशक नैशनलिज्म ग्लोबल टेंशनस रेशियल एंड रिलीजियस हेटरेट ये चार चफेरे है लेकिन इस्लामोफोबिया की गल करदे उन्होंने चार्ली हैबडो जिहड़ा उस जिस वीकली ने उन्होंने हजरत साहब के कार्टून दोबारा जिहड़े ऑफेंडिंग सी छापे असीं इहदे ते एक सैगमेंट भी पूरा कीता सी उन्होंने कहा भी ये कुरान शरीफ नूं बेहुरमती करनी इस किस्म का होना और इनका नेम ऑफ फ्रीडम ऑफ स्पीच ये ठीक नहीं है और ये असी भी स्ट्रेस द विलफुल प्रोवोकेशन एंड इनसाइटमेंट्स टू हेट एंड वायलेंस मस्ट बी यूनिवर्सली आउटलॉड के इस दे खिलाफ कानून बने और इन्होंने रादर यूएन असेंबली तो मंग की कि एक इंटरनेशनल डे टू कंबैट इस्लामोफोबिया यूनिवर्सली इस दे उत्ते जड़ा है काम किया जाए और उस दे विच फिर इस्लामोफोबिया उन्होंने पहला ग्लोबल गल की फिर वह सीधा इंडिया वाला आ गया। उन्होंने कहा भी एक वो मुल्क जिथे स्टेट की पैटर्नेज है कि स्टेट इस्लामोफोबिया क्रिएट कर रहा और इंडिया और उहदे च उन्होंने फिर RSS की गल की कि किवें ये नाजियां जिवें नाजियां ने यहूदियां नू टारगेट किया सी इवें ही इन्हां ने मुसलमानां नू कीता और ये गांधी और नहरू का भारत अज जिहड़ा वह बिल्कुल नाजियां का बनया हालां जिवें तुसीं चीर फाड़ के मैं समझदे हां भी इन्हां ने पिछले साल भी कहा सी इहदे बारे उन्हां नू ध्यान रखना चाहिए कोट ना करन जे नहरू ते गांधी का भारत सचमुच ही सैकुलर भारत हो सी जां हुंदा तो फिर कायदे आजम ने पाकिस्तान की गल क्यों की तो मतलब है भी उदों भी उन्होंने एक बुरका सी पाया होया सैकुलरिज्म का लवादा नीतियां 47 तो बाद घट गिणतियां लई उन्हां दियां उही सन हुण ये है भी ये नंगे चिट्टे हो के आ गए ने फर्क इन्ना ही है सो ये बेहतर होएगा जिहड़े भी इस ड्राफ्टिंग का हिस्सा हुंदे ने कि इहनूं उहदे नाल कंपेयर ना करन सीधा कहण कि भाई ये नाजियां वाला भारत है पहला लुकवां सी हुण सीधा हो गया और फिर उन्होंने सिस्टमैटिकली कहा भी किमें 1992 RSS ने बाबरी मसीद डिस्ट्रॉय की 2002 जो मोदी चीफ मिनिस्टर सी 2000 तो ज़्यादा मुसलमान गुजरात च मारे गए और किमें 2007 दे विच समझौता एक्सप्रेस जिहड़ी पाकिस्तान भारत दे विचाले सी उहदे च 50 मुसलमानों ज्योंदे साड़िया गया। फिर उन्होंने असाम की गल की कि किमें जिहड़ा उन्हां दा नैशनल पॉपुलेशन रजिस्ट्री के थले 2 मिलियन 20 लाख जिहड़े असामी मुसलमान ने उन्होंने स्टेटलैस लोग बना दिता गया और इस सारे चो उन्होंने कहा भी करोना की साड़ च जिवें मुसलमानों टारगेट किया गया करोना के थले बदनाम किया गया गऊ माता कऊ विजिलांटे ग्रुप किवें करते हैं और असी दूसरे सैगमेंट गल करांगे कि किवें उन्होंने खास तौर के उत्ते जिथे मुसलमाना की परसीक्यूशन ईसाइया की दा जिक्र उत्थे सिखां दा जिक्र भी कीता सो ये पहली आवाज़ साड़ी यूनाइटेड नेशन इस लैवल दे उत्ते किसे ने चुकी है। मैं मेरी मैमरी च तां पहला नहीं है कि किसे मुल्क ने सो पाकिस्तान जां इमरान खान जिहड़े रिप्रजेंट करदे ने हुण सिखां दी आवाज़ भी बन गए ने और असीं अगले सैगमेंट दी गल करांगे और उन्होंने कहा कि भी ये जिहड़ी इवें ही जिवें हिंदुत्ववादी आइडियोलॉजी नाजियां वांग नरमबर्ग 1935 जदों उन्होंने जिहड़ी रजिस्ट्रेशन का नाँ थले
ਸ਼ੁਰੂ ਕੀਤਾ ਤੇ ਫਿਰ ਜੈਨੋਸਾਈਡ ਹੋਇਆ ਮਿਆਂਮਾਰ ਚ 1982 ਚ ਹੋਇਆ ਕਿ ਵੀ ਇਹ ਜਿਹੜੀ ਹੈ ਰਜਿਸਟ੍ਰੇਸ਼ਨ ਔਰ ਫਿਰ ਜੈਨੋਸਾਈਡ ਤੇ ਜੋ ਹੁਣੇ ਕਰ ਰਹੇ ਨੇ ਇਹ ਵੀ ਪ੍ਰੀਕਰਸਰ ਹੈ ਟੂ ਦਾ ਕਮਿੰਗ ਜੈਨੋਸਾਈਡ ਆਫ ਮੁਸਲਿਮ ਇਨ ਇੰਡੀਆ ਫਿਰ ਉਹ ਇੰਡੀਅਨ ਮੁਸਲਮਾਨਾਂ ਜਾਂ ਮਾਈਨੋਰਟੀਜ਼ ਤੋਂ ਬਾਅਦ ਕਸ਼ਮੀਰ ਦੇ ਉੱਤੇ ਔਰ ਵੈਰੀ ਐਲੈਬੋਰੇਟਿਵ ਉਹਦੇ 'ਚ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ ਕਿ 72 ਸਾਲਾਂ 'ਚ ਕਿੰਨੇ ਜ਼ੁਲਮ ਹੋਏ ਨੇ 5 ਅਗਸਤ ਤੋਂ ਬਾਅਦ ਕਿਵੇਂ ਉਹਨਾਂ ਨੇ 8 ਮਿਲੀਅਨ ਕਸ਼ਮੀਰੀਆਂ ਨੂੰ ਇੱਕ ਖੁੱਲ੍ਹੀ ਜੇਲ੍ਹ ਦੇ ਵਿੱਚ ਬੰਦ ਕੀਤਾ 9 ਲੱਖ ਫੌਜ ਉੱਥੇ ਰੱਖੀ ਹੋਈ ਹੈ 13,000 ਦੇ ਕਰੀਬ ਕਸ਼ਮੀਰੀ ਯੂਥ ਨੌਜਵਾਨ ਐਬਡਕਟ ਕੀਤੇ ਨੇ ਹਜ਼ਾਰਾਂ ਨੂੰ ਟੋਰਚਰ ਕੀਤਾ ਕੰਪਲੀਟ ਕਰਫਿਊ ਹੈ ਔਰ ਟੋਟਲ ਕਮਿਊਨੀਕੇਸ਼ਨ ਬਲੈਕਆਊਟ ਹੈ ਔਰ ਕਲੈਕਟਿਵ ਪਨਿਸ਼ਮੈਂਟ ਜਿਹੜੀ ਹੈ ਉਹ ਦੇ ਰਹੇ ਨੇ ਉਹਨਾਂ ਨੂੰ ਔਰ ਪਿੰਡਾਂ ਦੇ ਪਿੰਡ ਜਿਹੜੇ ਨੇ ਤਬਾਹ ਕੀਤੇ ਜਾਂਦੇ ਨੇ ਔਰ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਪੈਲਟ ਗਨਸ ਔਰ ਦੂਸਰਿਆਂ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਨਾਬੀਨੇ ਬਣਾਇਆ ਜਾ ਰਿਹਾ ਔਰ ਉਹਦੇ 'ਚ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਰਿਪੋਰਟਸ ਦੇ ਹਵਾਲੇ ਦਿੰਦਿਆਂ ਕਿਹਾ ਕਿ ਇਸ ਵੇਲੇ ਜਿਹੜਾ ਕਸ਼ਮੀਰ ਹੈ ਇਹ ਬਿਲਕੁਲ ਉੱਥੇ ਫੇਕ ਐਨਕਾਊਂਟਰ ਰਿਫਿਊਜ਼ਿੰਗ ਈਵਨ ਟੂ ਹੈਂਡ ਓਵਰ ਦੇਅਰ ਬਾਡੀਜ਼ ਫਾਰ ਬਰੀਅਲ ਕਸ਼ਮੀਰੀ ਮੀਡੀਆ ਜਿਹੜਾ ਚੁੱਕਦਾ ਆਵਾਜ਼ ਉਹਨੂੰ ਵੀ ਸਿਸਟਮੈਟਿਕਲੀ ਹਰਾਸ ਕੀਤਾ ਜਾਂਦਾ ਔਰ ਇਹਦੇ 'ਤੇ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਕਮਿਊਨਿਟੀ ਮਸਟ ਇਨਵੈਸਟੀਗੇਟ ਦੀਜ ਗ੍ਰੇਵ ਵਾਇਓਲੇਸ਼ਨਸ ਐਂਡ ਪ੍ਰੋਸੀਕਿਊਟ ਦਾ ਇੰਡੀਅਨ ਸਿਵਲ ਐਂਡ ਪੂਰੀ ਇਹਦੇ 'ਤੇ ਉਹਨਾਂ ਨੇ ਆਪਣਾ ਕੇਸ ਬਿਲਡ ਕੀਤਾ ਫਿਰ ਉਹਨਾਂ ਨੇ ਕਿਹਾ ਵੀ ਕਸ਼ਮੀਰ 'ਚ ਜਿਵੇਂ ਇਹਨਾਂ ਨੇ ਫਾਈਨਲ ਸਲਿਊਸ਼ਨ ਜਿਵੇਂ ਯਹੂਦੀਆਂ ਨੇ ਨਾਜ਼ੀਆਂ ਨੇ ਯਹੂਦੀਆਂ ਦੇ ਲਈ ਸੀ ਕਸ਼ਮੀਰ 'ਚ ਇਹਨਾਂ ਦੀ ਇਹੀ ਨੀਤੀ ਹੈ ਇਹ ਉੱਥੇ ਡੈਮੋਗ੍ਰੈਫਿਕਸ ਬਦਲ ਰਹੇ ਨੇ ਪਾਪੂਲੇਸ਼ਨ ਲਿਆ ਕੇ ਦੂਜੇ ਵਸਾ ਰਹੇ ਨੇ ਉਹਨਾਂ ਨੂੰ ਮਾਈਨੋਰਟੀ 'ਚ ਕਰ ਰਹੇ ਨੇ ਔਰ ਇਹ ਜਿਹੜਾ ਉਹਨਾਂ ਦੀ ਡੈਮੋਗ੍ਰੈਫਿਕ ਚੇਂਜ ਹੈ ਇਹ ਵਾਇਓਲੇਸ਼ਨ ਹੈ 4th ਜਨੀਵਾ ਕਨਵੈਨਸ਼ਨ ਦੀ ਜਿਹੜਾ ਕਿ ਵਾਰ ਕ੍ਰਾਈਮ ਹੈ ਔਰ ਫਿਰ ਉਹਨਾਂ ਨੇ ਜਿਹੜਾ ਖਰਾਜੇ ਅਕੀਦਤ ਕਸ਼ਮੀਰੀ ਲੋਕਾਂ ਦੀ ਬਹਾਦਰੀ ਨੂੰ ਪੇਸ਼ ਕੀਤਾ ਉਹਨਾਂ ਨੇ ਕਿਹਾ ਵੀ ਇਹ ਸਟਰਗਲ ਉਹਨਾਂ ਦੀ ਇੰਡੀਜਨਸ ਹੈ ਉਹ ਇੱਕ ਠੀਕ ਕੌਜ਼ ਦੇ ਲਈ ਲੜ ਰਹੇ ਨੇ ਔਰ ਪਾਕਿਸਤਾਨ ਜਿਹੜਾ ਹੈ ਉਹ ਹਕੂਮਤ ਅਸੀਂ ਕਮਿਟਿਡ ਹੈ ਕਸ਼ਮੀਰੀ ਭਰਾਵਾਂ ਭੈਣਾਂ ਦੀ ਪੂਰੀ ਲੈਜੀਟੀਮੇਟ ਸਟਰਗਲ ਹੈ ਜਿਹੜੀ ਉਹਨਾਂ ਦੀ ਸੈਲਫ ਡਿਟਰਮੀਨੇਸ਼ਨ ਦੇ ਲਈ ਫਿਰ ਉਹਨਾਂ ਨੇ ਜਿਹੜਾ ਇਸ ਸਾਰੇ ਦੇ ਉੱਤੇ ਜਿਹੜੀ ਭਾਰਤ ਨੇ ਬਾਰਡਰ ਦੇ ਉੱਤੇ ਜੋ ਸਿਚੁਏਸ਼ਨ ਬਣਾਈ ਉਹਦੇ 'ਚ ਉਹਨਾਂ ਨੇ ਆਪਣਾ ਜ਼ਿਕਰ ਵੀ ਕੀਤਾ ਕਿ ਮੇਰੇ ਪੇਰੈਂਟਸ ਕਲੋਨੀਅਲ ਇੰਡੀਆ 'ਚ ਪੈਦਾ ਹੋਏ ਸੀ ਮੈਂ ਪਹਿਲਾਂ ਇਹਦੇ 'ਚ ਹੋਇਆ ਔਰ ਉਹਨਾਂ ਨੇ ਕਿਹਾ ਵੀ ਜਿਵੇਂ ਇਹਨਾਂ ਨੇ ਇੱਕ ਮਾਹੌਲ ਕ੍ਰੀਏਟ ਕੀਤਾ ਹੋਇਆ ਫਾਲਸ ਫਲੈਗ ਆਪਰੇਸ਼ਨਸ ਦੇ ਨਾਲ ਕਿ ਜੇ ਕੋਈ ਇਹਨਾਂ ਨੇ ਇੰਡੀਆ ਨੇ ਮਿਸ ਐਡਵੈਂਚਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਆਈ ਵਾਂਟ ਟੂ ਮੇਕ ਇਟ ਕਲੀਅਰ ਦੈਟ ਐਨੀ ਅਟੈਂਪਟ ਬਾਈ ਦਾ ਫਾਸ਼ਿਸਟ ਟੋਟੈਲੀਟੇਰੀਅਨ RSS ਲੈਡ ਇੰਡੀਅਨ ਗਵਰਨਮੈਂਟ ਟੂ ਐਗਰੈਸਟ ਅਗੇਂਸਟ ਪਾਕਿਸਤਾਨ ਵਿਲ ਬੀ ਮੈਟ ਬਾਈ ਏ ਨੇਸ਼ਨ ਦੈਟ ਵਿਲ ਫਾਈਟ ਫਾਰ ਇਟਸ ਫਰੀਡਮ ਟੂ ਦਾ ਐਂਡ ਸਟਰੋਂਗ ਟੋਟੈਲੀਟੇਰੀਅਨ ਅਥੋਰੀਟੇਰੀਅਨ ਬਿਲਕੁਲ ਹਕੀਕਤਨ ਕਿ ਵੀ ਅਸੀਂ ਲੜਾਂਗੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਕੋਈ ਵੀ ਡਿਊਰੇਬਲ ਪੀਸ ਸਾਊਥ ਏਸ਼ੀਆ 'ਚ ਨਹੀਂ ਹੋ ਸਕਦੀ ਜਦੋਂ ਤੱਕ ਜੰਮੂ ਕਸ਼ਮੀਰ ਦਾ ਸਲਿਊਸ਼ਨ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਨਹੀਂ ਹੁੰਦਾ ਇਹ ਬਿਲਕੁਲ ਨਿਊਕਲੀਅਰ ਫਲੈਸ਼ ਪੁਆਇੰਟ ਹੈ ਔਰ ਇਸ ਦੀ ਪਹਿਲੀ ਸ਼ਰਤ ਦੇ ਤੌਰ 'ਤੇ 5 ਅਗਸਤ 2019 ਤੋਂ ਪਹਿਲਾਂ ਵਾਲੀ ਸਿਚੁਏਸ਼ਨ ਨੂੰ ਰੀ ਜਿਹੜਾ ਇੰਸਟੇਟ ਕੀਤਾ ਜਾਏ ਉਸ ਤੋਂ ਬਾਅਦ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਉਹਦੇ 'ਚ ਇੰਟਰਵੀਨ ਕਰੇ ਫਿਰ ਉਹਨਾਂ ਨੇ ਅਫਗਾਨਿਸਤਾਨ ਦੀ ਪੀਸ ਪ੍ਰੋਸੈਸ ਦੀ ਗੱਲ ਕੀਤੀ ਕਿ ਕਿਵੇਂ ਪਾਕਿਸਤਾਨ ਨੇ ਆਪਣਾ ਰੋਲ ਅਦਾ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਮੇਰੀ ਇਹ ਕੌਂਸਟੈਂਟ ਪੋਜੀਸ਼ਨ ਹੈ ਪਿਛਲੇ 20 ਸਾਲ ਤੋਂ ਕਿ ਕੋਈ ਮਿਲਟਰੀ ਸਲਿਊਸ਼ਨ ਨਹੀਂ ਹੈ ਅਫਗਾਨਿਸਤਾਨ 'ਚ ਪੋਲੀਟੀਕਲ ਸਲਿਊਸ਼ਨ ਹੈ ਔਰ ਅਸੀਂ ਚਾਹੁੰਦੇ ਹਾਂ ਵੀ ਬਾਹਰਲੀ ਇੰਟਰਫੇਰੈਂਸ ਉੱਥੇ ਨਾ ਹੋਏ ਅਫਗਾਨ ਲੋਕ ਖੁਦ ਆਪਣੇ ਫਿਊਚਰ ਦਾ ਫੈਸਲਾ ਕਰਨ ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਨੇ ਆਪਣਾ ਰੋਲ ਅਦਾ ਕੀਤਾ ਜਦੋਂ 29 ਫਰਵਰੀ 2020 ਨੂੰ ਤਾਲਿਬਾਨ ਦੇ ਨਾਲ ਜਿਹੜਾ ਸਮਝੌਤਾ ਹੋਇਆ ਔਰ ਹੁਣ 12 ਸਤੰਬਰ ਤੋਂ ਇੰਟਰ ਅਫਗਾਨ ਡਾਇਲੋਗ ਸ਼ੁਰੂ ਹੈ ਫਿਰ ਉਹਨਾਂ ਨੇ ਕੰਕਲੂਜਨ ਦੇ ਵਿੱਚ ਫਲਸਤੀਨ ਕਿ ਭਾਈ ਇਹ 2 ਨੇਸ਼ਨ ਸਟੇਟ ਜਿਹੜਾ UN ਦਾ ਰੈਜ਼ੋਲੂਸ਼ਨ ਹੈ ਉਹਦੇ ਥੱਲੇ ਜਿਹੜਾ ਇਹ ਫਲਸਤੀਨ ਰਿਮੇਨਸ ਏ ਫੈਸਟਰਿੰਗ ਵੂਂਡ ਇਹ ਜਸਟ ਐਂਡ ਲਾਸਟਿੰਗ ਸੈਟਲਮੈਂਟ ਇਜ਼ ਇਨਡਿਸਪੈਂਸੇਬਲ ਫੋਰ ਦਾ ਮਿਡਲ ਈਸਟ ਐਂਡ ਦਾ ਵਰਲਡ ਕਿ ਜਦੋਂ ਤੱਕ ਇਹ ਫਲਸਤੀਨੀ ਇਸ਼ੂ ਨਹੀਂ ਹੁੰਦਾ ਇਹ ਜ਼ਖਮ ਰਿਸਦੇ ਰਹਿਣਗੇ ਮਿਡਲ ਈਸਟ 'ਚ ਵੀ ਦੁਨੀਆ 'ਚ ਵੀ ਪੀਸ ਨਹੀਂ ਹੋਏਗੀ ਇਲੀਗਲ ਐਨੈਕਸੇਸ਼ਨ ਆਫ ਫਲਸਤੀਨੀਅਨ ਟੈਰੀਟਰੀ ਦਾ ਬਿਲਡਿੰਗ ਆਫ ਇਲੀਗਲ ਸੈਟਲਮੈਂਟਸ ਐਂਡ ਦਾ ਇੰਪੋਜੀਸ਼ਨ ਆਫ ਇਨਹਿਊਮਨ ਲਿਵਿੰਗ ਕੰਡੀਸ਼ਨ ਔਨ ਫਲਸਤੀਨੀਅਨ ਪੀਪਲ ਐਸਪੈਸ਼ਲੀ ਇਨ ਗਾਜ਼ਾ ਕੈਨ ਨਾਟ ਬ੍ਰਿੰਗ ਪੀਸ ਟੂ ਦਾ ਟ੍ਰਬਲਡ ਰੀਜਨ ਇਹ ਬਹੁਤ ਵੋਕਲ ਔਰ ਬੋਲਡ ਉਹਨਾਂ ਦੇ ਹੱਕਾਂ ਦੀ ਗੱਲ ਹੈ
और उन्होंने टू नेशन थ्योरी उन्होंने क्या भी सिक्योरिटी काउंसिल रेजोल्यूशन विद इन द इंटरनेशनली एग्रीड पैरामीटर्स प्री 1967 बॉर्डर्स 1967 तो पहला दे बॉर्डर ते जाओ और ये उदे च ईस्ट जरूशलम जिन्होंने अल कायद अल शरीफ एज द कैपिटल ऑफ यूनाइटेड कॉन्टीग्यूस इंडिपेंडेंट फलस्तीनियन स्टेट और कंकलूजन दे विच उन्होंने यूनाइटेड नेशनस नूं भी ठूंगा मारिया पूरा उन्होंने कहा भी तुसीं अपना रोल अदा करो आई अर्ज सैकटरी जनरल टू टेक द लीड इन प्रिवेंटिंग ग्लोबल कन्फलिक्ट जिथे लोड है जिथे रीजनल इशू ने उत्थे जिहड़ा समिट लैवल मीटिंग करो फॉर रीजनल कन्फलिक्ट और इन्हां नूं जिहड़ा पेंडिंग बिजनेस है तुहाडी उहनूं खत्म करो और इस सारे दे नाल अखीर च उन्होंने कहा कि पाकिस्तान विल कंटिन्यू टू पार्टीसपेट एक्टिवली इन दिस प्रोसैस एंड एंडेवर विद अदर मैंबर स्टेट्स टू बिल्ड ए वर्ल्ड वेयर कन्फलिक्ट इज आउटलॉड एंड इक्विटेबल प्रोस्पैरिटी फॉर ऑल परस्यूड इन कंडीशन ऑफ पीस एंड सिक्योरिटी सो असी मुबारकबाद देंदे हैं इमरान खान साहब नूं कि उन्होंने ना सिर्फ अपने मुल्क की पोजिशन नूं पेश कीता उन्होंने कश्मीरियों के दर्द नूं अफगान पीड़ नूं और फलस्तीनिया के दर्द नूं और कुल ग्लोबल जिहड़े इशूज़ ने उन्हां नूं अपनी ब्रीफ प्रेजेंटेशन दे विच लियांदा है इट्स ए रिमार्केबल थिंग और बाकी दूसरा सैगमेंट भी असी ਉਹਨਾਂ ਦੇ ਨਾਂ ਤੇ ਕਰਾਂਗੇ ਜੀ ਰਾਜ ਸਾਹਿਬ ਸੋ ਇੱਥੇ ਲੈਂਦੇ ਹਾਂ ਬ੍ਰੇਕ ਔਰ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਅਤੇ ਬੇਨਤੀ ਕਰਦੀ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ ਔਰ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ